19 ਜੂਨ 1888 ਵਿੱਚ ਅਮਰੀਕੀ ਖੋਜੀ ਥੋਮਸ ਐਲਵਾ ਐਡੀਸਨ ਅਤੇ ਉਹਨਾਂ ਦੇ ਸਾਥੀ ਏਜ਼ਰਾ ਗੈਲੀਲੈਂਡ ਨੂੰ ਰੇਲਵੇ ਸਿਗਨਲਿੰਗ ਦੀ ਖੋਜ ਲਈ US ਵੱਲੋਂ ਪੇਟੈਂਟ ਦਿੱਤਾ ਗਿਆ। ਕਾਰਾਂ ਦੀਆਂ ਛੱਤਾਂ 'ਤੇ ਲਗਾਈ ਜਾਣ ਵਾਲੀ ਟੈਲੀਗ੍ਰਾਫ ਤਾਰਾਂ ਰਾਹੀਂ ਰੇਲਵੇ ਸਟੇਸ਼ਨ 'ਤੇ ਚੱਲ ਰਹੀਆਂ ਰੇਲਾਂ ਦੇ ਵਿਚਕਾਰ ਸੰਚਾਰ ਲਈ ਇਸ ਸਿਗਨਲ ਪ੍ਰਣਾਲੀ ਦੀ ਖੋਜ ਕੀਤੀ ਗਈ। ਅੱਜ ਦੇ ਹੀ ਦਿਨ 1947 'ਚ ਬ੍ਰਿਟਿਸ਼ ਭਾਰਤੀ ਲੇਖਕ ਅਤੇ ਨੋਵਲਿਸਟ ਸਲਮਾਨ ਰਸ਼ਦੀ ਦਾ ਜਨਮ ਮੁੰਬਈ ਵਿਖੇ ਹੋਇਆ। ਸਲਮਾਨ ਰਸ਼ਦੀ ਨੂੰ ਆਪਣੀ ਕਹਾਣੀਆਂ 'ਚ ਕਲਪਨਾ ਦੇ ਨਾਲ ਅਸਲੀਅਤ ਨੂੰ ਮਿਲਾਉਣ ਲਈ ਜਾਣਿਆ ਜਾਂਦਾ ਹੈ। ਬ੍ਰਿਟੇਨ ਦੇ ਰੋਜ਼ਾਨਾ ਅਖ਼ਬਾਰ ਦ ਟਾਈਮਸ ਨੇ 15 ਸਭ ਤੋਂ ਮਹਾਨ ਬ੍ਰਿਟਿਸ਼ ਲੇਖਕਾਂ ਦੀ ਸੂਚੀ 'ਚ ਸਲਮਾਨ ਰਸ਼ਦੀ ਨੂੰ 13ਵੇਂ ਸਥਾਨ 'ਤੇ ਦਰਜਾ ਵੀ ਦਿੱਤਾ ਹੈ। ਇਸੇ ਹੀ ਦਿਨ 1966 ਨੂੰ ਭਾਰਤ 'ਚ ਰਾਜਨੀਤਿਕ ਪਾਰਟੀ ਸ਼ਿਵ ਸੈਨਾ ਦੀ ਸਥਾਪਨਾ ਮੁੰਬਈ 'ਚ ਹੋਈ। ਦਸੰਬਰ 2014 'ਚ ਸ਼ਿਵ ਸੈਨਾ ਭਾਜਪਾ ਸਰਕਾਰ ਦਾ ਇੱਕ ਹਿੱਸਾ ਬਣ ਗਈ। ਅੱਜ ਦੇ ਹੀ ਦਿਨ 1981 'ਚ ਭਾਰਤ ਦੀ ਪਹਿਲੀ ਕਮਿਊਨੀਕੇਸ਼ਨ ਸੈਟੇਲਾਈਟ ਐਪਲ ਮਤਲਬ ਏਅਰਲਾਈਨ ਪੈਸੇਂਜਰ ਪੇਲੋਡ ਐਕਸਪੈਰੀਮੈਂਟ ਨੂੰ ਏਰੀਅਨ 1 ਤੋਂ ਫਰਾਂਸ ਦੇ ਕੋਰੂ ਸ਼ਹਿਰ ਤੋਂ ਪੁਲਾੜ 'ਚ ਲਾਂਚ ਕੀਤਾ ਗਿਆ। ਇੰਡੀਅਨ ਸਪੇਸ ਪ੍ਰੋਗਰਾਮ 'ਚ ਐਪਲ ਐਕਸਪੈਰੀਮੈਂਟ ਦਾ ਇੱਕ ਮਹੱਤਵਪੂਰਨ ਸਥਾਨ ਹੈ। ਇੰਡੀਅਨ ਸਪੇਸ ਰਿਸਰਚ ਆਰਗਨਾਈਜੇਸ਼ਨ ਵੱਲੋਂ ਬੈਂਗਲੋਰ 'ਚ ਐਪਲ ਨੂੰ ਡਿਜ਼ਾਈਨ ਅਤੇ ਤਿਆਰ ਕੀਤਾ ਗਿਆ ਸੀ।